ਸਤਿਗੁਰਾਂ ਦੇ ਪ੍ਰਕਾਸ਼ ਉਤਸਵ ਦੀ ਬਹੁਤ ਬਹੁਤ ਵਧਾਈ। ਪੂਰੇ ਸਾਲ ਹੋ ਗਿਆ, ਸਾਲ ਤੋਂ ਹੀ ਸਤਿਗੁਰਾਂ ਦਾ ਪ੍ਰਕਾਸ਼ ਉਤਸਵ ਲੜੀਵਾਰ ਹਰ ਮਹੀਨੇ ਚੱਲ ਰਿਹਾ ਸੀ। ਸਾਖੀਆਂ ਆਪਣੇ ਬੇਅੰਤ ਸੁਣੀਆਂ, ਹੁਣ ਵੀ ਆਪ ਜੀ ਨੇ ਸਾਖੀ ਬੱਤਰਾ ਜੀ ਕੋਲੋਂ ਸੁਣੀ ਕਿ ਸਤਿਗੁਰ ਆਇਆ ਸਾਡੇ ਕਲਯੁਗੀ ਜੀਆਂ ਦਾ ਕਲਿਆਣ ਕਰਨ ਵਾਸਤੇ। ਕਲ ਤਾਰਨ ਗੁਰੂ ਨਾਨਕ ਆਇਆ ਲਿਖਿਆ ਕਲਯੁਗ ਵਾਸਤੇ। ਕਲਯੁਗ ਕੀ ਹੈਗਾ? ਇਹ ਜਿਹੜਾ ਸਮਾਂ ਚੱਲ ਰਿਹਾ ਹੈ ਇਹ ਕਲਯੁਗ ਹੈਗਾ ਕਿ ਇਸ ਸਮੇਂ ਵਿੱਚ ਸਾਨੂੰ ਇੱਕ ਆਧਾਰ ਦੀ ਲੋੜ ਸੀ, ਕਹਿੰਦੇ ਨੇ ਇੱਕ ਟੇਕ ਲੋੜ ਸੀ, ਇੱਕ ਆਸਰਾ ਲੋੜ ਸੀ, ਉਸ ਆਸਰੇ ਨੂੰ ਪਕੜ ਕੇ ਅਸੀਂ ਆਪਣਾ ਜੀਵਨ ਗੁਜ਼ਾਰ ਸਕੀਏ। ਅਤੇ ਇਸ ਨਾਮ ਦੇ ਸਹਾਰੇ ਟੇਕ ਸਾਡਾ ਕੀ ਬਣਿਆ? ਇਹ ਜਿਹੜਾ ਸਤਿਗੁਰਾਂ ਨੇ ਸਾਨੂੰ ਨਾਮ ਦਿੱਤਾ, ਕਲਯੁਗ ਬਾਬੇ ਤਾਰਿਆ ਸਤ ਨਾਮ ਪੜ ਮੰਤਰ ਸੁਣਾਇਆ। ਸਾਨੂੰ ਇਹੀ ਸਮਝਾਇਆ ਗਿਆ ਨਾ। ਅਤੇ ਨਾਲ ਕੀ ਕਹਿੰਦੇ ਸਨ ਸਾਹਿਬ ਮਹਾਰਾਜ ਉਹਨਾਂ ਦੇ ਵੀ, ਹੁਣ ਨਾਲ ਅਗਰ ਵਚਨ ਅਸੀਂ ਧਿਆਨ ਕਰੀਏ ਕਿ ਹੁਣ ਕੱਲ੍ਹ 'ਤੇ ਆ ਜਾਈਏ, ਕੱਲ੍ਹ ਦੀ ਪਰਿਭਾਸ਼ਾ ਕੀ ਹੈ? ਕੱਲ੍ਹ ਕਿਸੇ ਨੇ ਵੇਖਿਆ ਹੈ? ਪਹਿਲੇ ਤਾਂ ਇਸ ਚੀਜ਼ ਨੂੰ ਵੇਖੀਏ, ਕਿਉਂਕਿ ਕਿੱਥੇ ਦੁਕਾਨਦਾਰ ਕੋਲ ਜਾਂਦੇ ਹਾਂ ਨਾ, ਪੁਰਾਣਾ ਅੱਜ ਕੱਲ੍ਹ ਤਾਂ ਸ਼ਾਇਦ ਘੱਟ ਨਜ਼ਰ ਆਉਂਦਾ, ਅਤੇ ਦੁਕਾਨਾਂ 'ਤੇ ਲਿਖਿਆ ਹੁੰਦਾ ਸੀ ਕਿ ਆਜ ਨਗਦ ਕੱਲ੍ਹ ਉਧਾਰ। ਹੁਣ ਉਸ ਕੱਲ੍ਹ ਨੂੰ ਇਸ ਕੱਲ੍ਹ ਨਾਲ ਜੋੜਨਾ ਹੈ, ਕਿਉਂਕਿ ਹਰ ਚੀਜ਼ ਦਾ ਇੱਕ ਮਤਲਬ ਹੁੰਦਾ ਕਿ ਅੱਜ ਨੂੰ ਅਸੀਂ ਜਿਹੜਾ ਹੈ ਸੰਭਾਲਣਾ ਹੈ, ਇਹਦੇ ਵਿੱਚ ਕੋਈ ਉਧਾਰ ਨਹੀਂ ਹੈਗਾ। ਸਤਿਗੁਰਾਂ ਜਿਹੜਾ ਕਹਿੰਦੇ ਨਾ, ਸਤਿਗੁਰ ਨੇ ਸਾਨੂੰ ਉਧਾਰ ਲੈਣਾ ਨਹੀਂ ਸਿਖਾਇਆ। ਜਿਸ ਕੱਲ੍ਹ ਦਾ ਸਾਨੂੰ ਪਤਾ ਹੀ ਨਹੀਂ ਕੱਲ੍ਹ ਕੀ ਹੋਏਗਾ, ਲੇਕਿਨ ਸਤਿਗੁਰ ਜੀ ਕਹਿੰਦੇ ਨੇ ਕਿ ਅੱਜ ਤੁਸੀਂ ਅੱਜ ਨਾਲ ਅਗਰ ਤੁਸੀਂ ਸੰਭਾਲ ਲਿੱਤਾ ਅੱਜ, ਅਤੇ ਆਉਣ ਵਾਲੇ ਕੱਲ੍ਹ ਦੀ ਉਹ ਜ਼ਿੰਮੇਵਾਰੀ ਲੈਂਦੇ। ਅਤੇ ਫਿਰ ਇੱਕ ਗੱਲ ਉਹ ਹੈਗਾ ਕਿ ਜੋ ਅੱਜ ਅਸੀਂ ਕਰ ਰਹੇ ਹਾਂ ਜਾਂ ਜੋ ਬੀਤ ਗਿਆ ਕੱਲ੍ਹ ਜਿਹਨੂੰ ਕਹਿੰਦੇ ਹਾਂ, ਉਹਨੂੰ ਅਗਰ ਧਿਆਨ ਕਰੀਏ ਸਾਨੂੰ ਸਭ ਯਾਦ ਹੈ ਨਾ, ਲੇਕਿਨ ਆਉਣ ਵਾਲੇ ਦਾ ਪਤਾ ਨਹੀਂ। ਹੁਣ ਜਿਸ ਚੀਜ਼ ਦਾ ਪਤਾ ਨਹੀਂ ਔਰ ਸਾਨੂੰ ਨਹੀਂ ਪਤਾ ਕਿ ਕਲਯੁਗ ਕੀ ਵਰਤੇਗਾ ਉਸ ਵਕਤ, ਅਤੇ ਗੁਰੂ ਨੇ ਸਾਨੂੰ ਉਹ ਰਾਹ ਦੱਸੀ ਕਿ ਬੱਚਿਓ ਜਿਹੜੀ ਰਾਹ ਹੈ ਇਹ, ਅਗਰ ਤੁਸੀਂ ਕਹਿੰਦੇ ਨਾ ਕਿੱਲੀ ਨਾਲ ਜੁੜੇ ਰਹੋਗੇ ਤਾਂ ਫਿਰ ਤੁਹਾਡੇ ਕੰਮ ਖਰਾਬ ਨਹੀਂ ਹੋਣਗੇ, ਬਚੇ ਰਹੋਗੇ। ਅਤੇ ਕਿੱਲੀ ਹੈ ਪਰਮੇਸ਼ਰ ਦਾ ਨਾਂ, ਕਿੱਲੀ ਕਹਿ ਲਓ ਕਿੱਲੀ ਹੈ ਗੁਰੂ ਨਾਨਕ। ਅਤੇ ਗੁਰੂ ਨਾਨਕ ਜਦੋਂ ਜੱਗ ਵਿੱਚ ਆਇਆ ਤਾਂ ਗੁਰੂ ਨਾਨਕ ਨੇ ਭੇਦ ਭਾਵ ਸਭ ਮਿਟਾਏ। ਜਨੇਯੂ ਦੀ ਸਾਖੀ ਆਪ ਜੀ ਸੁਣ ਰਹੇ ਸੋ, ਅਤੇ ਗੁਰੂ ਨਾਨਕ ਨੇ ਉਸ 'ਤੇ ਸਭ ਤੋਂ ਵੱਡਾ ਇਤਰਾਜ਼ ਕੀ ਕੀਤਾ? ਇਹ ਨਹੀਂ ਸੀ ਕਿ ਇਹ ਗੰਦਾ ਹੋ ਜਾਏਗਾ, ਇਹ ਮੈਲਾ ਹੋ ਜਾਏਗਾ, ਇਸ ਆਦਮੀ ਖਤਮ ਹੋਏਗਾ ਅਤੇ ਜਲ ਜਾਏਗਾ। ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਨੇ ਕੀਤੀ ਉਹ ਇੱਕ ਕੀਤੀ ਕਿ ਗੁਰੂ ਨਾਨਕ ਨੇ ਸਾਨੂੰ ਸਭ ਨੂੰ ਇੱਕ ਕਰਕੇ ਇੱਕ ਜਗ੍ਹਾ 'ਤੇ ਬਿਠਾਇਆ, ਸਭ ਨੂੰ ਸਮਾਨਤਾ ਦਿੱਤੀ, ਬਰਾਬਰੀ ਦਾ ਦਰਜਾ ਦਿੱਤਾ ਗੁਰੂ ਨਾਨਕ ਨੇ। ਕਹਿਣ ਲੱਗੇ ਕਿ ਅਗਰ ਜਨੇਯੂ ਪੈ ਗਿਆ ਗਲੇ ਅੰਦਰ
ਅਤੇ ਫਿਰ ਤਾਂ ਲਕੀਰ ਖਿੱਚੀ ਗਈ ਕਿ ਇਹ ਉੱਚੀ ਜਾਤ ਦਾ ਹੈਗਾ, ਇਹ ਨੀਵੀਂ ਜਾਤ ਦਾ ਹੈਗਾ, ਅਤੇ ਫਿਰ ਇਹ ਸ਼੍ਰੇਣੀਆਂ ਜਦੋਂ ਬਣ ਜਾਣਗੀਆਂ ਤਾਂ ਫਿਰ ਅਸੀਂ ਇੱਕ ਨਹੀਂ ਹੋ ਸਕਾਂਗੇ। ਅਤੇ ਉਸ ਇੱਕ ਨੂੰ, ਏਕਤਾ ਨੂੰ ਇੱਕ ਕਰਨ ਵਾਸਤੇ ਉਹ ਅੰਤਰਜਾਮੀ ਸਤਿਗੁਰੂ ਬਚਪਨ ਦੀ ਅਵਸਥਾ ਤੋਂ ਹੀ ਜਾਣਦੇ ਸਨ, ਕਿਉਂਕਿ ਤੁਰ ਦਰਗਾਹ ਤੋਂ ਭੇਜੇ ਹੋਏ ਸਨ ਉਹ ਮਾਲਕ। ਅਤੇ ਸਮਾਨਤਾ ਦਾ ਦਰਜਾ ਸਾਨੂੰ ਦਿੱਤਾ, ਬਰਾਬਰੀ ਦਾ ਦਿੱਤਾ, ਅਤੇ ਅੱਜ ਵੇਖੋ ਇੱਥੇ ਅਸੀਂ ਸਾਰੇ ਬੈਠੇ ਹਾਂ। ਹਰ ਚੀਜ਼ ਤੋਂ, ਇਹਨਾਂ ਚੀਜ਼ਾਂ ਦਾ ਸਾਨੂੰ ਤਾਂ ਪਤਾ ਹੀ ਨਹੀਂ। ਲੋਕ ਗਿਣਦੇ ਹੋਣਗੇ ਕੋਈ ਜਾਤ ਪਾਤ ਊਚ ਨੀਚ, ਲੇਕਿਨ ਤੁਸੀਂ ਆਪਣੇ ਅੰਦਰ ਝਾਤੀਆਂ ਮਾਰੋ, ਕਿਸੇ ਨੂੰ ਪਤਾ ਹੈ? ਕਿਸੇ ਨੂੰ ਨਹੀਂ ਪਤਾ ਕੌਣ ਕਿਸ ਜਾਤ ਦਾ ਹੈ। ਇਹ ਪਤਾ ਹੈ ਕਿ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਅਸੀਂ ਸਾਰੇ ਗੁਰ ਭਾਈ ਹਾਂ। ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸਦਾਈ। ਅਤੇ ਭਾਈ ਕਹਿ ਦਿੱਤਾ ਜਦੋਂ, ਤਾਂ ਫਿਰ ਰਿਸ਼ਤਾ ਦੇਖੋ ਕਿਤਨਾ ਨਜ਼ਦੀਕੀ ਕਰੀਬੀ ਬਣ ਗਿਆ। ਅਤੇ ਭੈਣ ਭਰਾ ਤੋਂ ਨਜ਼ਦੀਕੀ ਰਿਸ਼ਤਾ ਤਾਂ ਕੋਈ ਨਹੀਂ ਹੋ ਸਕਦਾ ਦੁਨੀਆ 'ਤੇ। ਫਿਰ ਉਹਨਾਂ ਨੇ ਕਿੱਥੇ ਕਿੱਥੇ ਯਾਤਰਾ ਕੀਤੀਆਂ। ਉਦਾਸੀਆਂ ਦੀ ਗੱਲ ਆ ਰਹੀ ਸੀ ਨਾ, ਭੈਣ ਜੀ ਕਰ ਰਹੇ ਸਨ ਕਿ ਚਾਰ ਉਦਾਸੀਆਂ ਵੀ ਕੀਤੀਆਂ, ਸਭ ਜਗ੍ਹਾ 'ਤੇ ਗਏ, ਸਭ ਦੇ ਸ਼ੰਕੇ ਦੂਰ ਕੀਤੇ। ਨਾ ਹਿੰਦੂ ਛੱਡਿਆ, ਨਾ ਮੁਸਲਮਾਨ ਛੱਡਿਆ, ਨਾ ਬੋਧ ਛੱਡਿਆ, ਸਿੱਖ ਧਰਮ ਕੁਛ ਵੀ ਨਹੀਂ ਛੱਡਿਆ। ਚਾਰੋਂ ਪਾਸੇ, ਚਾਰੋਂ ਦਿਸ਼ਾਵਾਂ ਅੰਦਰ, ਤਾਂ ਹਿੰਦੁਸਤਾਨ ਇਤਨਾ ਵੱਡਾ ਸੀ। ਇਹ ਜਿਹਨਾਂ ਕੰਟਰੀਆਂ ਦੇ ਅਸੀਂ ਅੱਜ ਨਾਂ ਕਹਿੰਦੇ ਹਾਂ ਕਿ ਅਲੱਗ ਹੋ ਗਏ ਨੇ, ਇਹ ਸਾਰੇ ਹਿੰਦੁਸਤਾਨ ਦਾ ਹਿੱਸਾ ਸਨ ਕਿਸੇ ਵਕਤ 'ਤੇ। ਅਗਰ 70 ਸਾਲ ਪਹਿਲੇ ਚਲੇ ਜਾਈਏ ਤਾਂ ਪਾਕਿਸਤਾਨ ਕਿੱਥੇ ਸੀ? ਉਸ ਤੋਂ ਹੋਰ ਥੋੜ੍ਹਾ ਪਹਿਲੇ ਚਲੇ ਜਾਈਏ ਤਾਂ ਅਫਗਾਨਿਸਤਾਨ ਕਿੱਥੇ ਸੀ? ਇਹ ਸਾਰੀਆਂ ਸੀਮਾਵਾਂ ਜਿਹੜੀਆਂ ਸਨ ਹਿੰਦੁਸਤਾਨ ਦੀਆਂ ਹੀ ਸਨ, ਕਿਉਂਕਿ ਫਰਕ ਨਹੀਂ ਸੀ। ਅਤੇ ਸਤਿਗੁਰ ਜੀ, ਸਭ ਤੋਂ ਉੱਚੀ ਗੱਲ ਦੇਖੋ ਅੱਜ ਦੀ, ਜਿਹੜੀ ਅਸੀਂ ਲੇਟੈਸਟ ਜਿਹਨੂੰ ਕਹਿਣਾ ਚਾਹੁੰਦੇ ਹਾਂ, ਇਸ ਗੱਲ ਨੂੰ ਸਮਝਣਾ। ਕੁਛ ਨੂੰ ਪਤਾ ਹੋਏਗਾ, ਹੋ ਸਕਦਾ ਕੁਛ ਨੂੰ ਨਾ ਵੀ ਪਤਾ ਹੋਵੇ। ਗੁਰੂ ਨਾਨਕ ਪਾਤਸ਼ਾਹ ਅਯੋਧਿਆ ਜੀ ਵੀ ਗਏ ਸਨ, ਇਤਿਹਾਸ ਵਿੱਚ ਆਇਆ। ਜਦੋਂ ਅਯੋਧਿਆ ਪਹੁੰਚੇ ਅਤੇ ਅਯੋਧਿਆ ਨਗਰੀ ਵਿੱਚ ਪਹੁੰਚੇ ਅਤੇ ਉੱਥੇ ਜਦੋਂ ਮਿਲੇ ਲੋਕ ਜਿਹੜੇ ਉੱਥੇ ਰਾਮ ਨੂੰ ਮੰਨਣ ਵਾਲੇ ਸਨ, ਤਾਂ ਕਹਿਣ ਲੱਗੇ ਕਿ ਬਈ ਅਸੀਂ ਤਾਂ ਸੁਣਿਆ ਸੀ ਕਿ ਰਾਮ ਜੀ ਜਦੋਂ ਅਯੋਧਿਆ ਨਗਰੀ ਤੋਂ ਕੂਚ ਕੀਤਾ ਸੀ ਅਤੇ ਉਹ ਜਦੋਂ ਨਾਲ ਗਏ ਸਨ ਤਾਂ ਸਭ ਕੁਛ ਨਾਲ ਲੈ ਗਏ ਸਨ। ਉਹ ਕਹਿਣ ਲੱਗੇ ਜੀ ਇੰਜ ਹੈ, ਇਹ ਜਿਹੜੀ ਇੱਥੇ ਮਹਿਲ ਮਾੜੀਆਂ ਨੇ ਇਹ ਤਾਂ ਇੱਥੇ ਹੀ ਰਹਿ ਗਏ ਸਨ, ਲੇਕਿਨ ਜਿਹੜੇ ਅਯੋਧਿਆ ਵਾਸੀ ਸੀ ਉਹ ਸਾਰੇ ਉਹਨਾਂ ਨਾਲ ਚਲੇ ਗਏ ਸਨ। ਅਤੇ ਕਹਿਣ ਲੱਗੇ ਫਿਰ ਤੁਸੀਂ ਵੀ ਤਾਂ ਅਯੋਧਿਆ ਦੇ ਵਾਸੀ ਹੋ, ਤੁਸੀਂ ਵੀ ਅਯੋਧਿਆ ਦੇ ਵਾਸੀ ਹੋ। ਅਤੇ ਫਿਰ ਉੱਥੇ ਇਹ ਜਿਹੜੇ ਅੱਖਰ ਲਿਖੇ ਨਾ ਪਿੱਛੇ 7 ਨਾਮ, ਇਹ ਉੱਥੇ ਦੇ ਫਿਰ ਜਿਹੜੇ ਰਾਮ ਨੂੰ ਮੰਨਣ ਵਾਲੇ ਸਨ, ਇਹ ਕਹਿੰਦੇ ਨੇ ਤੁਸੀਂ 7 ਨਾਮ ਪੜ੍ਹੋ ਅਤੇ ਸੁਣੋ, ਅਤੇ ਇਹਨੂੰ ਜਦੋਂ ਤੁਸੀਂ ਇਸ 'ਤੇ ਵਿਸ਼ਵਾਸ ਕਰੋਗੇ ਤਾਂ ਤੁਸੀਂ ਵੀ ਫਿਰ ਅਯੋਧਿਆ ਜਿੱਥੇ ਰਾਮ ਗਏ ਨੇ ਉੱਥੇ ਤੁਸੀਂ ਵੀ ਪਹੁੰਚ ਜਾਓਗੇ ਰਾਮ ਕੋਲ। ਐਸੇ ਵਚਨ ਗੁਰੂ ਨਾਨਕ ਨੇ ਕੀਤੇ। ਅਤੇ ਅੱਜ ਉਸ ਗੱਲ ਨੂੰ ਵੇਖੀਏ, ਕੁਛ ਦਿਨ ਪਹਿਲੇ ਆਪ ਜੀ ਨੇ ਅਯੋਧਿਆ ਨਗਰੀ ਵਿੱਚ ਬਾਬਰੀ ਮਸਜਿਦ ਅਤੇ ਰਾਮ ਜਨਮ ਭੂਮੀ ਦਾ ਫੈਸਲਾ ਹੋਇਆ, ਅਤੇ ਉਹਦੇ ਅੰਦਰ ਇਹ ਜਿਹੜੀ ਸਾਖੀ ਮੈਂ ਕਰ ਰਿਹਾ ਸੀ, ਇਸ ਸਾਖੀ ਦਾ ਜ਼ਿਕਰ ਕੀਤਾ ਗਿਆ। 1510 ਔਰ 1511 ਦੀ ਇਹ ਗੱਲ ਹੈ। ਉਸ ਸਾਖੀ ਦਾ ਜ਼ਿਕਰ ਦਿੱਤਾ, ਉਹਨਾਂ ਨੇ ਸਬੂਤ ਮੰਗੇ ਸਨ, ਕੋਈ ਪੁਰਾਣੇ ਤੋਂ ਪੁਰਾਣੇ ਸਬੂਤ ਦੱਸੋ।
ਅਤੇ ਬਾਬਰ ਤੋਂ ਪਹਿਲੇ ਆਉਣ ਦੇ ਜਿਹੜੇ ਸਬੂਤ ਸਨ ਉਹਨਾਂ ਨੇ ਕਿਹਾ ਕਿ ਇੱਥੇ ਗੁਰੂ ਨਾਨਕ ਆਇਆ ਸੀ, ਐਸਾ ਸਿੱਖ ਇਤਿਹਾਸ 'ਚ ਲਿਖਿਆ, ਅਤੇ ਉਹਨੂੰ ਵੀ ਇੱਕ ਸਬੂਤ ਮੰਨਦਿਆਂ ਹੋਇਆਂ ਜ਼ਿਕਰ ਕਰਦਿਆਂ ਆਇਆਂ ਸੁਪਰੀਮ ਕੋਰਟ ਨੇ ਸਾਡੀ ਆਰਡਰ ਕੀਤਾ ਕਿ ਇਹ ਜਨਮ ਭੂਮੀ ਹਿੰਦੂਆਂ ਨੂੰ ਦਿੱਤੀ ਜਾਵੇ। ਹੁਣ ਇਸ ਗੱਲ 'ਤੇ ਵਿਚਾਰ ਕਰੋ ਕਿ ਗੁਰੂ ਨਾਨਕ ਦੀ ਬਖਸ਼ਿਸ਼ ਕਿੱਥੇ ਕਿੱਥੇ ਰਹੀ, ਕਿਤਨਾ ਇੱਕ ਕਿਤਨੀ ਵੱਡੀ ਬਖਸ਼ਿਸ਼। ਤੁਸੀਂ ਇਸ ਚੀਜ਼ ਨੂੰ ਅਗਰ ਗਿਆਤ ਨਾ ਹੋਵੇ ਤਾਂ ਯੂਟਿਊਬ ਦੇ ਉੱਤੇ ਹੋਰ ਸਭ ਜਗ੍ਹਾ 'ਤੇ ਇਹ ਆਏ ਹੋਏ ਨੇ, ਪੂਰਾ ਵਿਸਤਾਰ ਪੂਰਵਕ ਇਹਨੂੰ ਜਦੋਂ ਪੜ੍ਹੋਗੇ ਤਾਂ ਤੁਹਾਨੂੰ ਹੋਰ ਅੱਛੀ ਤਰ੍ਹਾਂ ਸਮਝ ਆਏਗੀ। ਇਹ ਜਿਹੜੀਆਂ ਲੇਟੈਸਟ ਉਪਲਬਧੀਆਂ ਜਿਹੜੀਆਂ ਹੈ ਨੇ, ਸਾਡੇ ਕੋਲ 500 ਸਾਲਾਂ ਬਾਅਦ ਵੀ ਗੁਰੂ ਮਹਾਰਾਜ 510-11 ਦਾ ਜ਼ਿਕਰ ਉੱਥੇ ਕੀਤਾ, ਅਤੇ 500 ਸਾਲ ਤੋਂ ਉੱਤੇ ਹੀ ਹੋ ਗਏ, 500 ਹੁਣ 19 ਚੱਲ ਰਿਹਾ ਹੈ, ਅਤੇ 508-9 ਸਾਲ ਪਹਿਲੇ ਦੀਆਂ ਗੱਲਾਂ ਜਿਹੜੀਆਂ ਉਹ ਸਬੂਤ ਦੇ ਤੌਰ 'ਤੇ ਸਾਹਮਣੇ ਆਈਆਂ। ਅਤੇ ਗੁਰੂ ਨਾਨਕ ਦਾ ਜਿਹੜਾ ਇਤਿਹਾਸ ਵੇਖੋ, ਗੁਰੂ ਨਾਨਕ ਦੀ ਕਿਰਪਾ ਵੇਖੋ ਕਿੱਥੇ ਕਿੱਥੇ ਅੱਜ ਵੀ ਵਰਤ ਰਹੀ ਹੈ, ਅਤੇ ਇਸ 550 ਸਾਲ ਦਾ ਮੌਕਾ ਵੇਖੋ ਕਿ ਇਹ 550 ਸਾਲਾਂ ਮਨਾਉਣਾ, ਅਤੇ ਫਿਰ ਹਾਬੜ ਗਏ ਸਾਂ ਅਤੇ ਭਾਈ ਸਾਹਿਬ ਓਂਕਾਰ ਸਿੰਘ ਜੀ ਨੇ ਜ਼ਿਕਰ ਕਰਤਾ ਸੀ, ਲੇਕਿਨ ਉਸ ਚੀਜ਼ ਦਾ ਕੋਈ ਉਸ ਨਾਲ ਇਤਨਾ ਮੇਲ ਤਾਂ ਨਹੀਂ ਖਾਂਦਾ ਸੀ ਕਿ ਬਈ ਜਦੋਂ ਗੁਰੂ ਨਾਨਕ ਸਾਹਿਬ ਨੇ ਅੰਤ ਸਮੇਂ ਉਹ ਚਾਦਰ ਦੇ ਉੱਤੇ ਹਿੰਦੂ ਮੁਸਲਮਾਨ ਲੜ ਪਏ ਅਤੇ ਉਹ ਫਿਰ ਕਹਿੰਦੇ ਦੋ ਟੋਟੇ ਹੋ ਗਈ ਅਤੇ ਦੇਸ਼ ਦਾ ਵਿਭਾਜਨ ਹੋਇਆ, ਲੇਕਿਨ ਉਹ ਪੁਰਾਣੀ ਗੱਲ ਸੀ, ਵਿਭਾਜਨ ਤਾਂ ਹੁਣ ਹੋਇਆ। ਲੇਕਿਨ ਅੱਜ ਵੀ ਉਸ ਗੁਰੂ ਨਾਨਕ ਨੂੰ ਨਿਤਾ ਅਰਦਾਸ ਕਰਦੇ ਸਾਂ, ਸੱਚੇ ਪਾਤਸ਼ਾਹ ਰੋਜ਼ ਗੁਰਦੁਆਰਿਆਂ 'ਚ ਅਰਦਾਸਾਂ ਹੁੰਦੀਆਂ ਨੇ, ਅਤੇ ਉਹ ਵੀ ਲਾਂਘਾ ਜਿਹੜਾ ਖੋਲ੍ਹ ਦਿੱਤਾ ਗਿਆ। ਇਹ ਸਾਰੀਆਂ ਚੀਜ਼ਾਂ ਦੇਖੋ 550 ਸਾਲਾਂ 'ਚ ਕਿੱਥੇ ਮੰਦਰ ਦਾ ਕੰਮ ਹੋ ਰਿਹਾ, ਕਿੱਥੇ ਕਰਤਾਰਪੁਰ ਸਾਹਿਬ ਦਾ ਕੰਮ ਹੋ ਰਿਹਾ। ਇਹ ਸਾਰੀਆਂ ਬਖਸ਼ਿਸ਼ਾਂ, ਸਾਰੀਆਂ ਦੇਖੋ ਖੁਸ਼ੀਆਂ ਇਕੱਠੀਆਂ ਆਈਆਂ, ਔਰ 550 ਸਾਲ ਅਸੀਂ ਮਨਾ ਰਹੇ ਹਾਂ। ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਅਸੀਂ ਇਹਦੇ ਪਾਠ ਬਣ ਰਹੇ ਹਾਂ, ਔਰ ਸਾਰੇ ਜਾਣਦੇ ਹਾਂ ਕਿ ਸਾਡੀ ਉਮਰ ਦੇ ਜਿਹੜੇ ਬੈਠੇ ਨੇ 600 ਸਾਲ ਦੀ ਤਾਂ ਸੋਚ ਵੀ ਨਹੀਂ ਸਕਦੇ, ਸੱਚਾਈ ਹੈ। ਅਤੇ ਗੁਰੂ ਕਿਰਪਾ ਕਰੇ ਇਹ ਜਿਹੜੇ ਨੌਜਵਾਨ ਬੱਚੇ ਬੈਠੇ ਨੇ ਇਹ ਨਹੀਂ ਇਸ ਚੀਜ਼ ਨੂੰ ਗੌਰ ਕਰਨ, ਇਹਨਾਂ ਚੀਜ਼ਾਂ ਨੂੰ ਉਹਨਾਂ ਨੇ ਯਾਦ ਕਰਨਾ ਹੈ, ਇਹ ਇਤਿਹਾਸ ਉਹਨਾਂ ਦਾ ਬਣਨਾ ਹੈ। ਇਹ ਜਿਹੜਾ 550 ਸਾਲਾਂ ਬਣਾਇਆ ਨਾ, ਇਹ ਜਿਹੜੀਆਂ ਗੁਰਪੁਰਬ ਦੀਆਂ ਹਾਜ਼ਰੀਆਂ ਭਰੀਆਂ, ਪੂਰੇ ਸਾਲ ਦੀਵਾਨ ਚੱਲੇ, ਇਹ ਤੁਸੀਂ ਜਦੋਂ ਕੋਈ ਜਵਾਨ ਜਿਹੜੇ ਅੱਜ ਦੇ ਨੌਜਵਾਨ ਬੱਚੇ ਨੇ ਉਸ ਟਾਈਮ 'ਤੇ ਗੁਰੂ ਚਰਨਾਂ ਨਾਲ ਜੁੜੇ ਹੋਣਗੇ ਤਾਂ ਇਹ ਇਤਿਹਾਸ ਰਿਪੀਟ ਹੋਏਗਾ। ਅਤੇ ਗੁਰੂ ਮਹਾਰਾਜ ਕੋਲੋਂ ਇਹ ਬਖਸ਼ਿਸ਼ਾਂ ਮੰਗੀਏ, ਸੱਚੇ ਪਾਤਸ਼ਾਹ ਆਪ ਜੀ ਦੀਆਂ ਰਹਿਮਤਾਂ ਤਾਂ ਅੱਜ ਵੀ ਵਰਤੀ ਰਹੀਆਂ ਨੇ, ਔਰ ਸਦਾ ਵਰਤਦੀਆਂ ਰਹਿਣਗੀਆਂ, ਰਹਿੰਦੀ ਦੁਨੀਆ ਤੱਕ। ਯੁੱਗ ਪਲਟ ਗਏ, ਹਜ਼ਾਰਾਂ ਸਾਲ ਪੁਰਾਣੀਆਂ ਗੱਲਾਂ ਅਤੇ ਅੱਜ ਵੀ ਜੀਵਨ ਸੀ ਨਾ ਪਹਿਲੇ ਅਤੇ ਅੱਜ ਵੀ ਚੱਲ ਰਿਹਾ ਹੈ ਜੀਵਨ, ਅਤੇ ਆਉਂਦੀ ਰਹਿੰਦੀ ਦੁਨੀਆ ਤੱਕ ਚੱਲੇਗਾ। ਅਤੇ ਗੁਰੂ ਨਾਨਕ ਪਾਤਸ਼ਾਹ ਦਾ ਨਾਂ ਵੀ ਇਹ ਜਿਸ ਤਰ੍ਹਾਂ ਕਲਯੁੱਗ ਆਇਆ ਅਤੇ ਕਲਯੁੱਗ ਦਾ ਮਾਲਕ ਕਹਿਣਗੇ ਕੌਣ ਸੀ, ਅਤੇ ਕਲਯੁੱਗ ਦਾ ਮਾਲਕ ਗੁਰੂ ਨਾਨਕ ਸੀ। ਅਤੇ ਇਹ ਗੁਰੂ ਕੋਲੋਂ ਬਖਸ਼ਿਸ਼ਾਂ ਮੰਗੀਏ, ਅੱਜ ਖੁਸ਼ੀਆਂ ਦਾ ਦਿਨ ਹੈ। ਸੱਚੇ ਪਾਤਸ਼ਾਹ ਕੋਲੋਂ ਇਹੀ ਮੰਗੀਏ ਕਿ ਜੋ ਭੇਦ ਭਾਵ ਆਪਣੇ ਦੂਰ ਕਰਾਏ, ਉਹ ਭੇਦ ਭਾਵਾਂ ਤੋਂ ਅਸੀਂ ਬਚੀਏ, ਊਚ ਨੀਚ ਤੋਂ ਬਚੀਏ, ਮਨ ਵਿੱਚ ਐਸੀ ਪ੍ਰਵਿਰਤੀ ਨਾ ਆਏ, ਸੱਚ ਨਾਲ ਜੁੜੀਏ। ਅਤੇ ਇਹ ਜਿਹੜਾ ਸਤਨਾਮ ਜਿਹੜਾ ਗੁਰੂ ਮਹਾਰਾਜ ਨੇ ਸਾਨੂੰ ਆਪਣੇ ਨਾਮ ਨਾਲ ਜੋੜਿਆ, ਸੱਚੇ ਨਾਮ ਨਾਲ ਜੋੜਿਆ, ਉਸ ਨਾਲ ਜੁੜੀਏ ਅਤੇ ਆਪਣੇ ਜੀਵਨ ਨੂੰ ਸਵਾਰੀਏ। ਐਸੀ ਬਖਸ਼ਿਸ਼ਾਂ ਕਰਦੇ ਹੋਏ ਇੱਥੇ ਹੀ ਸੰਕੋਚ ਹੈ, ਅਤੇ ਸਭ ਨੂੰ ਪਤਾ ਹੈ ਕਿ ਅਗਲਾ ਇਤਵਾਰ ਹਾਪੜ ਵਿਖੇ ਸਭ ਨੇ ਮਿਲ ਕੇ, ਕਿਉਂਕਿ
इस करके ए, एक जगह ते सीमित नहीं रखिया प्रोग्राम नू कि जिथे जिथे भी सतगुरां दी संगत है डेरे थापे गए ने, ए नहीं मन च आया कि गुरपुरब का दिन होवे ते पता चले जी डेरियां ते कोई नहीं। ते इसी करके विचार कीता गया कि हर डेरे ते पूरे हर्ष नाल उल्लास नाल असी अपने मालक का दिन मनाइए पूरे जोर शोर नाल। ते सारिया डेरिया ते जितने भी डेरे थापे गए ने सतगुरों ने दिते ने सब जगह ते गुरु नानक पातशाह का प्रकाश पुरब मनाया जा रहा है। संगतां सवेरे मोती नगर विखे भी अखंड पाठ साहब के भोग पे, उपरंत कीर्तन होया, फिर दुखपैनी साहब हुण प्रोग्राम चल रहा है, शाम के दीवान फिर मोती नगर लगन गए। ये निरंतर सारा दिन ही चलना है। तो अगों जड़ा है कि फिर संगतां का दिल सी कि गुरु नानक पातशाह दे नाल असी सारा साल इकट्ठे होके जे पुरब मनाए तो फिर एक दिन जड़ा रखिया उस 17 तरीक का रखिया कि दूरों दरेड़ियों जड़ियाँ संगतां इकट्ठिया होके आन गियां। वो हापड़ विखे असी फिर प्रोग्राम रखिया कि सारियां संगतां मिल के भी एक बार फिर मालक दे जस गाइए। वो बख्शिशां जड़ियाँ हैं ने वो तो सानू सदा ही चाहिदियां ने। ते आज दा दिन ये पुरब ये ना सोचना कि 550 मना लेता है। ते कह दें 550 गुरु नानक दे नाल, 551 नहीं चाहिए गुरु नानक, गुरु नानक तो सदा चाहिए है। कहो जी आखिरी श्वासा तक गुरु नानक का साथ चाहिए है। जीवन विच जितना जीवन दिता है पता नहीं कितना हैगा, साल गिनीए 550 गुरु मालक दे ने, लेकिन सानू अपने श्वासा का तो नहीं पता ना। असी तो ये अपने मालक को मंगी है कि आखिरी श्वास तक आप जी चेते रहो ते अपने नाल रखो सानू, ते अपनी छत्र छाया हेठ रखो जे आप जी दियां बख्शिशा साढ़े ते सदा लई बनिया रवन। ये बख्शिशा मंगदे हुए कदे मन च ना लियाया करो कि ये गुरपुरब बीत गया साल बाद आना है। परमात्मा दी सानू हर वेले ये भी नहीं कि निता प्रति हर श्वास नाल परमात्मा दी लोड़ है। हर श्वास नाल कदे मन च ना आए कि वो सानू बस इको गल वड्यां दी सी ना जिहड़ी बार बार दोहरा रहे ना भुली ना भुलाई, बस इको गल रवे ना वो कदे भुले एक पल वास्ते भी सदा चेते रवे। बस गुरु महाराज दी कृपा जे साढ़े उत्ते सदा वरस दी रवे ये बख्शिश बनी रवे। तो सब ने अगले इतवार हापड़ राघव रजेंसी च संगत दा प्यार वेखदे आया उत्थे प्रोग्राम रखे है सवेरे 9 बजे तो 3 बजे तक। तो समूह संगतां ने उत्थे भी हाजरियां भरनियां, कृपा करना वध चढ़ के अपने मालक दे जस गाइए ते अपनियां झोलियां भी भरवाइए। संसारिक जीवां सब कुछ लोड़ है, हलत ते पलत दोनों सवार के आइए, उस मालक कोलों बख्शिशां लै के आइए। गुरु कृपा करे इतनी हाजरी परवान करना। धन धन सतगुरु नानक देव साहिब आप जी दी सदा। धन धन सतगुरु सेवा।